बीते दिन मलोट में किसानों द्वारा मोदी का धन्यवाद करने के लिए रैली की गई, जिसमें दूर दूर से लोगों का जलसा हुआ, जिसको सुनने के लिए बड़ी संख्या में लोगों ने शिरकत की थी। परंतु इसमें आए हुए लोगों को अच्छा खाना नहीं मिल पाया, जिसको देखते ही स्वास्थ्य विभाग की चेकिंग टीम ने खाने, सब्जी और पानी की बोतलों आदि के सैंपल भरे, जिनको सील करके जाँच के लिए भेजा गया है। इस बारे में जानकारी देते हुए स्वास्थ्य विभाग की चेकिंग अधिकारी ने बताया कि मलोट में मोदी की रैली में उनकी ड्यूटी लगी थी। रैली में पब्लिक को पानी और लंगर भी बांटा गया, जिसे लोग फेंक रहे थे। जब लोगों से पूछा गया तो उन्होंने कहा कि लंगर की सब्जी खट्टी है, जिस कारण लोगों ने फेंकनी शुरू कर दी, जिसको लेकर स्वास्थ्य विभाग की टीम ने सब्जी और पानी के सैंपल भरकर सील किए हैं और जिनको चंडीगढ़ में जाँच के लिए भेजा जा रहा है। उन्होंने कहा कि ये सारा खाने पीने का सामान मुक्तसर से बनकर आया था। उन्होंने कहा कि रिपोर्ट आने पर मुक्तसर के प्रशासन को रिपोर्ट सौंप दी जाएगी। ਕਿੱਥੋਂ ਸੀਲਡ ਕੀਤਾ ਔਰ ਕਿਸ ਤਰ੍ਹਾਂ ਦੇ ਇਹਦੇ 'ਚ ਵਿਟਾਮਿਨ ਤੁਹਾਨੂੰ ਪਾਏ? ਨਹੀਂ, ਇਹ 'ਚ ਕੋਈ ਵਿਟਾਮਿਨ ਵਾਲੀ ਗੱਲ ਕੋਈ ਨਹੀਂ ਆ। ਇਹ ਸਾਡੇ ਨਾਲ ਲੰਗਰ ਵਾਸਤੇ ਡਿਊਟੀ ਲੱਗੀ ਸੀਗੀ ਮੋਦੀ ਸਾਹਿਬ ਦੀ ਰੈਲੀ ਦੇ ਵਿੱਚ, ਉੱਥੇ ਲੰਗਰ ਜਿਹੜਾ ਅਸੀਂ ਪਬਲਿਕ ਨੂੰ ਵਰਤਾਉਣਾ, ਉੱਥੇ ਉਹਦੀ ਚੈਕਿੰਗ ਕਰਨੀ ਸੀਗੀ। ਉਸ ਟਾਈਮ 'ਤੇ ਜੋ ਚੈਕਿੰਗ ਦੌਰਾਨ ਅਸੀਂ ਵੇਖਿਆ ਵੀ ਆਹ ਜਿਹੜੇ ਜਿੰਨਾ ਪਾਣੀ ਸੀਗਾ ਇਹ ਜਿਹੜਾ ਵਰਤਾ ਰਹੇ ਸੀਗੇ ਉੱਥੇ ਲੰਗਰ ਦੇ ਵਿੱਚ, ਉਹਨਾਂ 'ਤੇ ਕੋਈ ਡੇਟ ਨਹੀਂ ਸੀ, ਕੋਈ ਬੈਚ ਨੰਬਰ ਨਹੀਂ ਸੀਗਾ। ਅਤੇ ਪਲੱਸ ਇੱਕ ਆਹ ਛੋਟੇ ਪਾਊਚ ਸੀਗੇ ਇਸ ਤਰ੍ਹਾਂ ਦੇ, ਦਿੱਲੀ ਦੀ ਮੈਨੂਫੈਕਚਰਿੰਗ ਆ, ਇਹਦੇ ਵਿੱਚ ਵੀ ਕੋਈ ਡੇਟ ਨਹੀਂ ਸੀਗਾ, ਟਾਈਮ ਸੀ, ਮਤਲਬ ਕੋਈ ਨਹੀਂ ਆਇਆ। ਇਹਦੇ ਵਿੱਚ ਪਬਲਿਕ ਨੇ ਥੋੜ੍ਹੀ ਜਿਹੀ ਆਖਿਆ ਵੀ ਸਾਨੂੰ ਇਹ ਬਗੈਰ ਡੇਟੋ ਤੋਂ ਹੀ ਮਤਲਬ ਕਿਉਂ ਸੀਗਾ। ਇਹ ਫਿਰ ਕੰਫਰਮੇਸ਼ਨ 'ਤੇ ਸਾਨੂੰ ਪਤਾ ਲੱਗਾ ਵੀ ਮੁਕਤਸਰ ਤੋਂ ਬਣਦਾ ਸੀਗਾ, ਉਹਦੇ ਕਰਕੇ ਇਹਦੇ ਸੈਂਪਲ ਲਏ। ਪਲੱਸ ਨਾਲ ਸਬਜ਼ੀ ਬਣੀ ਹੋਈ ਸੀਗੀ, ਆਹ ਸਬਜ਼ੀ ਦਾ ਸੈਂਪਲ ਲਿਆਇਆ ਜੀ ਉੱਥੋਂ, ਅਤੇ ਇਹ ਨਾਲ ਆਪਣਾ ਰੋਟੀਆਂ ਉਹਨਾਂ ਦੀਆਂ ਜਿਹੜੇ ਲੰਗਰ ਹਾਲ ਦੇ ਵਿੱਚ ਵਰਤਾ ਰਹੇ ਸੀਗੇ ਉੱਥੇ, ਇਹ ਉੱਥੋਂ ਬਣ ਕੇ ਆਈਆਂ ਵਾ। ਇਹ ਮੁਕਤਸਰ ਤੋਂ ਬਣੀਆਂ ਸੀਗੀਆਂ, ਕੁਛ ਟਰਾਲੀਆਂ ਦੇ ਵਿੱਚ ਲੱਦ ਕੇ ਉਹਨਾਂ ਨੇ ਉੱਥੇ ਰੈਲੀ 'ਤੇ ਲਾਉਂਦੀਆਂ ਸੀਗੀਆਂ। ਪਬਲਿਕ ਨੇ ਇੱਥੇ ਇਹ ਪ੍ਰੋਬਲਮ ਆਈ, ਪਬਲਿਕ ਨੂੰ ਵੀ ਖੱਟੇ ਸੀਗੇ ਆਲੂ, ਉਹਦੇ ਕਰਕੇ ਉਹਨਾਂ ਨੇ ਸਾਰਾ ਥੱਲੇ ਸੁੱਟਣਾ ਸ਼ੁਰੂ ਕਰਤਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਖਾ ਕਿਉਂ ਨਹੀਂ ਰਹੇ, ਉਹ ਕਹਿੰਦੇ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਖਟਾਸ ਆ, ਬਿਮਾਰ ਹੋਣ ਦਾ ਖਤਰਾ। ਉਹਦੇ ਕਰਕੇ ਅਸੀਂ ਸਬਜ਼ੀ ਦਾ ਸੈਂਪਲ ਲੈ ਲਏ, ਜਿਹੜੀਆਂ ਰੋਟੀਆਂ ਸੀਗੀਆਂ ਰੋਲ ਬਣੇ ਸੀ ਉਹਨਾਂ ਦੇ ਸੈਂਪਲ ਲੈ ਲਏ। ਇਹ ਕੁਆਲਿਟੀ ਕੰਟਰੋਲ ਦੇ ਵਿੱਚ ਅਸੀਂ ਚੰਡੀਗੜ੍ਹ ਭੇਜਾਂਗੇ ਜੋ ਵੀ ਹੋਊਗਾ, ਅਤੇ ਇਹਦੇ ਰਿਪੋਰਟ ਆਉਣ ਦੇ ਉੱਤੇ ਇਹ ਕਾਰਵਾਈ ਅਸੀਂ ਤਾਂ ਆਪਣੀ ਜਿਹੜੀ ਰਿਪੋਰਟ ਹੈ ਮੁਕਤਸਰ ਜ਼ਿਲ੍ਹੇ ਨੂੰ ਸਬਮਿਟ ਕਰਾਂਗੇ, ਕਿਉਂਕਿ ਸਾਡੀ ਡਿਊਟੀ ਜਿਹੜੀ ਆ ਮੁਕਤਸਰ ਜ਼ਿਲ੍ਹੇ ਵਿੱਚ ਕਮਿਸ਼ਨਰ ਸਾਹਿਬ ਨੇ ਲਾਈ ਸੀਗੀ। ਜੋ ਵੀ ਇਹਦੀ ਰਿਪੋਰਟ ਆਊਗੀ ਫਰਦਰ ਕਾਰਵਾਈ ਸਾਰੀ ਮੁਕਤਸਰ ਜ਼ਿਲ੍ਹੇ ਨੇ ਕਰਨੀ ਹੈ। ਫਿਰੋਜ਼ਪੁਰ ਸੇ ਸੁਖਚੈਨ ਸਿੰਘ ਕੀ ਰਿਪੋਰਟ।